ਬੇਨਤੀ ਆ ਸਾਰੇ ਸੰਗਤ ਦੇ ਚਰਨਾਂ ਵਿੱਚ ਜਿੱਦੇ ਤੁਹਾਨੂੰ ਪਤਾ ਲੱਗੇ ਕਿ ਚਾਰ ਦੀਵਾਰੀ ਦੇ ਅੰਦਰ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਗਵਰਨਮੈਂਟ ਨੇ ਉਹਦੇ ਦਾਸ ਨੂੰ ਪੁੱਛਣ ਦੀ ਲੋੜ ਨਹੀਂ ਨਾ ਕਿਸੇ ਹੋਰ ਲੀਡਰ ਦੀ ਰਾਏ ਲੈਣ ਦੀ ਲੋੜ ਨਹੀਂ ਉਹਦੇ ਥਾਣਾ ਥਾਣਾ ਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਜੋ ਸਤਿਗੁਰੂ ਗ੍ਰੰਥ ਸਾਹਿਬ ਦਾ ਨਿੰਦਕ ਹੈ ਤੇ ਧੀਆਂ ਪੈਣਾਂ ਦੀ ਇੱਜ਼ਤ ਲੁੱਟਣ ਵਾਲਾ ਤੇ ਲੁੱਟੇ ਜਾਣ ਤੋਂ ਖੁਸ਼ ਹੋਣ ਵਾਲਾ ਹੈ ਤੇ ਜਿਹੜਾ ਪਾਠ ਕਪਾਉਣ ਵਾਲਾ ਹੈ चार जून की सवेर चढ़े फौजां दे हनेरा गोले दिते घेर ता कीती अकाल ते फौजां हल्ला बोलिया अज अमृत वेले दरबार साहब चे फौजां खून डोलिया ਸ਼ੁਰੂ ਆਸਾ ਜੀ ਵੀ ਵਾਰ ਵਾਂਡੇ ਦਿਲਾਂ ਨੂੰ ਪਿਆਰ ਬੈਠੇ ਸਿੱਖ ਪਰਿਵਾਰ ਲਾ ਕੇ ਸਮਾਧੀਆਂ ਕੀਤੇ ਸ਼ਾਂਤ ਬਾਣੀ ਨੇ ਕੀਤੇ ਛਲਣੀ ਸਰੀਰ ਰੱਬ ਨੂੰ ਤੇ ਆਉਂਦਿਆਂ ਦੇ ਜ਼ਾਲਮਾਂ ਦੀ ਟਾਣੀ ਨੇ ਅਮਰੀਕ ਸਿੰਘ ਲਲਕਾਰ ਸਿੰਘ ਛੱਡ ਦੇ
1984 ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਸਿੱਖ ਕੌਮ ਦੀਆਂ ਮੁੱਖ ਸੰਸਥਾਵਾਂ ਨੂੰ ਅਤੇ ਮੁਹਰਲੀ ਕਤਾਰ ਦੇ ਲੀਡਰਾਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਮੁੱਖ ਧਾਰਾ ਦੀ ਈਨ ਮਨਾਉਣ ਤੋਂ ਬਾਅਦ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਸਮੇਤ ਭਾਈ ਅਮਰੀਕ ਸਿੰਘ ਆਦਿਕ ਸਿੰਘਾਂ ਨੂੰ ਸ਼ਹੀਦ ਕਰਨ ਲਈ ਅਕਾਲੀ ਦਲ ਦੇ ਸਕੱਤਰ ਗੁਰਚਰਨ ਸਿੰਘ ਨੇ ਪਹਾੜੇ ਦੇ ਕਾਤਲਾਂ ਨੂੰ ਖਰੀਦਿਆ। ਜਦੋਂ ਸੋਢੀ ਦੀ ਸ਼ਹੀਦੀ ਤੋਂ ਮਗਰੋਂ ਚਾਰ ਕਾਤਲ 24 ਘੰਟਿਆਂ ਵਿੱਚ ਸੋਧੇ ਗਏ ਤਾਂ ਗੁਰਚਰਨ ਸਿੰਘ ਸਕੱਤਰ ਨੇ ਆਪਣੀ ਜਾਨ ਬਚਾਉਣ ਲਈ 25 ਅਪ੍ਰੈਲ 1984 ਨੂੰ ਅਕਾਲੀ ਦਲ ਦੇ ਲੈਟਰ ਪੈਡ ਉੱਪਰ ਲੌਂਗੋਵਾਲ ਦੇ ਦਸਖਤਾਂ ਹੇਠ ਜੋ ਚਿੱਠੀ ਦਿੱਲੀ ਨੂੰ ਲਿਖੀ ਉਸ ਦਾ ਮਜ਼ਮੂਨ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ। ਪਿੰਡਰਾ ਵਾਲੇ ਨੂੰ ਬੀਬੀ ਸਾਡੀ ਜਾਨ ਬਚਾਵੇ।
ਸਾਡੇ ਪਿੰਡਰਾ ਵਾਲੇ ਨੂੰ ਬੀਬੀ ਸਾਡੀ ਜਾਨ ਬਚਾ ਦੇ honed and perfected the Sikh identity. Now the idea of the Khalsa's creation was that you stand out in a crowd and you don't go around hiding behind bushes. You say, this is who I am. I'm a Khalsa, I'm a Sikh. Come and get me if you want to. But I will not hide. I'll stand for my convictions. Now that had a profound impact on the psyche still today. Come and get me if you want to, but I will not hide. I'll stand for my conviction. Police spokesmen say two of Mrs. Gandhi's own bodyguards hit the Prime Minister in the chest and stomach with automatic weapons. 4 hours later, she was dead. Oh,
ਝੁੱਲੇ ਦਾ ਝੰਡਾ ਹੈ ਖਾਲਸੇ ਦਾ ਗੁਰੂ ਪਿਆਰੇ ਖਾਲਸਾ ਜੀ ਸਤਿਗੁਰੂ ਦਾ ਫੁਰਮਾਨ ਹੈ ਰਾਜ ਬਿਨਾ ਨਹਿ ਧਰਮ ਚੱਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਸ਼ਾਹੀ ਤਰਨ ਕੇ ਅਧੀਨ ਹੈ ਰਾਜ ਜੋ ਨਾ ਧਰੈ ਤਿਸ ਬਿਗੜੈ ਕਾਜ ਜਦੋਂ ਸਾਰਿਆਂ ਹੀਲਿਆਂ ਵਸੀਲਿਆਂ ਤੋਂ ਸਮਾਂ ਲੰਘ ਜਾਏ ਫਿਰ ਸ਼ਹਿਤਰ ਧਾਰੀ ਹੋ ਕੇ ਜ਼ਾਲਮ ਨਾਲ ਟੱਕਰ ਲੈਣੀ ਪੈਂਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਬੇਅਦਬੀ ਤੋਂ ਬਾਅਦ ਖਾਲਸਾ ਕੌਮ ਦੇ ਯੋਧਿਆਂ ਨੇ AK-47 ਨਾਲ ਖਾਲਿਸਤਾਨ ਦੀ ਸੇਵਾ ਵਿੱਚ ਕਿਵੇਂ ਯੋਗਦਾਨ ਪਾਇਆ ਇਸ ਗੀਤ ਵਿੱਚ ਇਉਂ ਪੇਸ਼ ਕੀਤਾ ਜਾਂਦਾ ਹੈ ਕਲਗੀਧਰ ਦੇ ਵੀਰ ਦੁਲਾਰੇ ਜਿਨ੍ਹਾਂ ਦੀ ਸਤਿਗੁਰ ਪੈਜ ਸਵਾਰੇ ਕਲਗੀਧਰ ਦੇ ਵੀਰ ਦੁਲਾਰੇ ਜਿਨ੍ਹਾਂ ਦੀ ਸਤਿਗੁਰ ਪੈਜ ਸਵਾਰੇ ਤੁਰ ਪੈ ਕਰਕੇ ਬੁੱਲ ਤਿਆਰੇ ਗਲੋਂ ਗਲਾਂ ਮਿਲਾ ਰਹੇ ਐਸਪੀ ਹਰਜੀਤ ਨੇ ਕਹਿਰ ਗੁਜ਼ਾਰੇ ਸੰਗੇ ਸਣੇ ਚਾਰ ਸਿੰਘ ਮਾਰੇ ਐਸਪੀ ਹਰਜੀਤ ਨੇ ਕਹਿਰ ਗੁਜ਼ਾਰੇ ਸੰਗੇ ਸਣੇ ਚਾਰ ਸਿੰਘ ਮਾਰੇ ਸਿੰਘਾਂ ਦਿੱਤੇ ਆਣ ਦਿਦਾਰੇ ਪੁਲ ਤੇ ਜੀਪ ਉਡਾਰੇ ਨੇ ਆਹ
ਕੌਮ ਕਦੇ ਵੀ ਸ਼ਹੀਦਾਂ ਦੀ ਕੁਰਬਾਨੀ ਨੂੰ ਭੁੱਲ ਨਹੀਂ ਸਕਦੀ ਕੌਮ ਕਦੇ ਵੀ
ਜਦੋਂ ਪੰਜਾਬ ਛੱਡ ਕੇ ਗਰੀਬਨ ਵਾਸਤੇ ਪਾਤਸ਼ਾਹ ਜੀ ਦੇ ਲਾਲ ਸ਼ੰਭਾਂ ਵਿੱਚ ਚਲੇ ਗਏ, ਪਰ ਅੱਜ ਫੇਰ ਸ਼ੰਭਾਂ ਵਿੱਚ ਘੱਲਣ ਵਾਲੇ ਲੋਕਾਂ ਦਾ ਨਾਸ਼ ਸਤਿਗੁਰੂ ਸੱਚੇ ਪਾਤਸ਼ਾਹ ਦੇ ਖਾਲਸੇ ਨੇ ਕਰ ਦਿੱਤਾ, ਤੇ ਖਾਲਸਾ ਉਸੇ ਤਰ੍ਹਾਂ ਹੀ ਵਸਦਾ ਹੈ ਅੱਜ ਪੰਜਾਬ ਦੇ ਵਿੱਚ। ਤੇ ਅੱਜ ਜਿਹਨਾਂ ਨੇ ਇਹ ਬੀੜਾ ਚੁੱਕਿਆ ਕਿ ਸਿੱਖਾਂ ਨੂੰ ਖਤਮ ਕਰਨਾ, ਇਹ ਵੀ ਪੰਜਾਬ ਵਿੱਚੋਂ ਤੇ ਦੇਸ਼ ਵਿੱਚੋਂ ਖਤਮ ਹੋ ਜਾਣਗੇ। ਖਾਲਸੇ ਦੇ ਝੰਡੇ ਐਸੇ ਤਰ੍ਹਾਂ ਹੀ ਝੁਲਦੇ ਰਹਿਣਗੇ, ਪਰ ਗੁਰੂਆਂ ਪੀਰਾਂ ਸੂਰਮਿਆਂ ਤੇ ਯੋਧਿਆਂ ਨੂੰ ਜਨਮ ਦੇਣ ਵਾਲੀ ਉਹ ਪੰਜਾਬ ਦੀ ਧਰਤੀ ਅੱਜ ਕੁਰਲਾ ਕੇ ਕਹਿ ਰਹੀ ਹੈ ਕਿ ਐ ਦਿੱਲੀਏ, ਤੂੰ ਬੜੇ ਜ਼ੁਲਮ ਗੁਜ਼ਾਰੇ ਨੇ, ਹੋਰ ਜ਼ੁਲਮ ਤੂੰ ਨਾ ਗੁਜ਼ਾਰ, ਤੈਨੂੰ ਇਹ ਭਾਜੀ ਜਿਹੜੀ ਚਾੜੀ ਹੋਈ ਹੈ ਮਹਿੰਗੀ ਪਵੇਗੀ। ਪੰਜਾਬ ਦੀ ਧਰਤੀ ਰੋ ਰੋ ਕੇ ਕਿਵੇਂ ਕਹਿ ਰਹੀ ਹੈ, ਪੁਕਾਰ ਕਰ ਰਹੀ ਹੈ ਅਕਾਲ ਪੁਰਖ ਅੱਗੇ, ਤੇ ਦਿੱਲੀ ਨੂੰ ਤਾਨਾ ਮਾਰ ਰਹੀ ਉਸ ਵੇਲੇ ਦੀਆਂ ਚੰਦ ਲੈਣਾ, ਦਰਦ ਭਰੀਆਂ ਲੈਣਾ, ਆਪ ਜੀ ਦੇ ਸਾਹਮਣੇ ਇਹ ਬੇਨਤੀ ਕੀਤੀ ਜਾ ਰਹੀ ਹੈ। ਸ਼ੇਰਾਂ ਦੇ ਡੇਰਿਆਂ ਤੇ ਅੱਜ ਗਿੱਦੜ ਕਰ ਨਿਕਲੋਲਾ, ਹੱਥ ਧਰ ਕੇ ਗਾਲ ਜੇ ਤੇ ਮੈਂ ਤਾਂ ਦਿਲ ਦੇ ਵਰ ਕੇ ਬੋਲਾਂ। Remains under army control. Its borders with neighboring states are closed. Armed troops and police man checkpoints on every road in. But the blocks stop people leaving as well as entering. ਮਾਰਨਾ ਲੋੜੇ, ਡੁੱਬ ਜਾਵੇਗਾ।
from Amritsar showing wounded soldiers in hospital, there were reports from the doctor who had been taken to Amritsar to help with the casualties that the Sikh who died had been shot in the head at point-blank range with a single shot from a machine gun after their turbans had been removed to tie their hands behind their back. Thank you.
ਸਾਡੀ ਤੇ ਮਨ ਦੀ ਮਰਜ਼ੀ itself for what it codenamed Operation Blue Star. انسان کی اتپتی کر کے اوپر سے نیچے کو بھیجتا ہے لیکن یہ کیسا برما ہے ایک سنتالی سے ایسی سپرے کرتا ہے نیچے سے اوپر کو بھیجتا ہے پاپا دے بدلے لئی نہنگ سنگھ برما ہوئے کے گرما لئے سن توڑے سکھے دے بڑے پپل گر جنٹ نال لے چڑیا او دے روپ تو ترت ہلے اگن پر سوندا شونیاں ڈاؤندا دشمنوں ਸ਼ਮਾ ਆਜ਼ਾਦੀ ਤੇ ਪਰਵਾਨਾ ਸੜਿਆ ਲੀਡਰਾਂ ਦੇ ਲੱਗਣ ਗਲਦਾਰੇ ਸਣੇ ਪਰਵਾਰੇ ਜੱਟ
ਬੈਠਾ ਗੱਗੋ ਭੂਏ ਦਾ ਜਸਾ ਸਿੰਘ ਘੁੰਮ ਜੀ ਫੱਟੇਗਾ ਚੁੱਕ ਦੀ ਸੂਰਮਾ ਵੀਲਾ ਬੜਾ ਪ੍ਰਤੀਲਾ ਧਰਮ ਸਿੰਘ ਮਾਧੋ ਦੁਸ਼ਟ ਕਈ ਰਾੜੇ ਹੁਸ਼ਿਆਰ ਲੜੀ ਲਬਰੇਸ਼ਨ ਮੋਸ਼ਨ ਕਰਦੇ ਬਦਲੇ ਸੂਰ ਮੇਰਾ ਬਲੀ ਬਲਵਾਨ ਬਾਰੀ ਬੜੀ ਗੋਲੀ